ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, now the question is, two angles of a triangle are 30 and 80 degree, find the third angle. So, the triangle de do angle given hai 30 degree te 80 degree, apa ida third angle find out karna hai. So, let's find out. Sabse pehle let kar lende hai, let third angle be x. So, par let kar liya third angle x. So, now sum of angles of triangle is 180 degree. ਜੋ ਟ੍ਰਾਇੰਗਲ ਦੇ ਸਾਰੇ ਐਂਗਲਸ ਹੁੰਦੇ ਆ ਉਹਨਾਂ ਦਾ ਸਮ ਕਿੰਨਾ ਹੁੰਦਾ 180 degree. ਸੋ ਆਪਾਂ ਕਹਿ ਸਕਦੇ ਹਾਂ ਐਂਗਲ 1 ਪਲੱਸ ਐਂਗਲ 2 ਪਲੱਸ ਐਂਗਲ 3 ਇਜ ਇਕੁਅਲਸ ਟੂ 180 degree. ਐਂਗਲ 1 30 ਆ ਗਿਆ ਪਲੱਸ 80 degree ਪਲੱਸ ਐਂਗਲ 3 ਆਪਾਂ ਲੈਟ ਕਰਿਆ x ਇਕੁਅਲਸ ਟੂ 180 degree. ਸੋ x equals to 30 plus 80 110, so 110 ਇੱਧਰ ਆ ਜੂਗਾ, 180 minus 110 degree. So ਇਹਦੇ ਨਾਲ ਸਾਡਾ x ਕਿੰਨਾ ਆ ਗਿਆ 70 degree. So ਸਾਡੇ x ਯਾਨੀ ਥਰਡ ਐਂਗਲ ਕਿੰਨਾ ਆ ਗਿਆ 70 degree. ਥਰਡ ਐਂਗਲ equals to 70 degree. ਥੈਂਕ ਯੂ।